ਮੂਵੀ ਦੇਖ ਹੀ ਰਹੇ ਹਾਂ। ਪਾਰਟੀ ਐਂਡ ਹੋ ਗਈ ਭਾਜੀ, ਮਾਰ ਮਰਾਈਆ ਫੁੱਲ ਹੋ ਗਿਆ ਇੱਥੇ। ਬਾਈ ਗੋਲੀਆਂ ਚੱਲੀਆਂ। ਸੋ ਬਾਈ ਇੱਕ ਨਾਈਟ ਕਲੱਬ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਦਰਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਦੋਵੇਂ ਧਿਰਾਂ ਜਦੋਂ ਡਾਂਸ ਫਲੋਰ ਦੇ ਉੱਤੇ ਨੱਚ ਰਹੀਆਂ ਸੀ ਤਾਂ ਇੱਕ ਧਿਰ ਦੇ ਵੱਲੋਂ ਕੁਝ ਲੜਕੀਆਂ ਵੀ ਪਹੁੰਚੀਆਂ ਹੋਈਆਂ ਸੀ ਤੇ ਜਦੋਂ ਨੱਚਦੇ ਨੱਚਦੇ ਲੜਕੀ ਦੇ ਨਾਲ ਇੱਕ ਮੁੰਡੇ ਦਾ ਮੋਢਾ ਟੱਚ ਹੋ ਗਿਆ ਤਾਂ ਉਸ ਤੋਂ ਬਾਅਦ ਦੋਵੇਂ ਹੀ ਧਿਰਾਂ ਇੱਕ ਦੂਜੇ ਨੂੰ ਅੱਖਾਂ ਕੱਢਣ ਲੱਗ ਗਈਆਂ। ਹਾਲਾਂਕਿ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਪਹਿਲਾਂ ਤਾਂ ਇੱਕ ਦੂਜੇ ਦੇ ਨਾਲ ਥੱਪੜ ਮੁੱਕੀ ਚੱਲੀ ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਦੋਵੇਂ ਹੀ ਧਿਰਾਂ ਨੇ ਬੋਤਲਾਂ ਚੱਕ ਲਈਆਂ ਅਤੇ ਨਾਈਟ ਕਲੱਬ ਦੇ ਵਿੱਚ ਹੀ ਜੰਗ ਦਾ ਮੈਦਾਨ ਬਣਾ ਦਿੱਤਾ। ਇੱਕ ਦੂਜੇ ਦੇ ਉੱਤੇ ਬੋਤਲਾਂ ਬਰਸਾਈਆਂ ਤੇ ਇਸ ਦੌਰਾਨ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧਿਰਾਂ ਆਪਸ ਦੇ ਵਿੱਚ ਲੜਦੀਆਂ ਨਜ਼ਰ ਆ ਰਹੀਆਂ ਨੇ ਤੇ ਜੋ ਨਾਈਟ ਕਲੱਬ ਹੈ ਉਸ ਦੇ ਅੰਦਰ ਦੇ ਹਾਲਾਤਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਿਰ ਕਿੰਨੇ ਭਿਆਨਕ ਤਰੀਕੇ ਦੇ ਨਾਲ ਦੋਵੇਂ ਧਿਰਾਂ ਭਿੜੀਆਂ ਨੇ। ਫਿਲਹਾਲ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨੱਚਦੇ ਨੱਚਦੇ ਕੁੜੀ ਦੇ ਨਾਲ ਮੋਢਾ ਟੱਚ ਹੋਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਸਾਰਾ ਵਿਵਾਦ ਪੱਕ ਗਿਆ। ਉਹੀ ਦੇਖ ਹੀ ਰਹੇ ਹਾਂ। ਪਾਰਟੀ ਐਂਡ ਹੋ ਗਈ ਭਾਜੀ, ਮਾਰ ਮਰਾਈਆ ਫੁੱਲ ਹੋ ਗਿਆ ਇੱਥੇ। ਬਾਈ ਗੋਲੀਆਂ ਚੱਲੀਆਂ। ਸੋ ਬਾਈ ਇੱਕ ਨਾਈਟ ਕਲੱਬ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਦਰਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਦੋਵੇਂ ਧਿਰਾਂ ਜਦੋਂ ਡਾਂਸ ਫਲੋਰ ਦੇ ਉੱਤੇ ਨੱਚ ਰਹੀਆਂ ਸੀ ਤਾਂ ਇੱਕ ਧਿਰ ਦੇ ਵੱਲੋਂ ਕੁਝ ਲੜਕੀਆਂ ਵੀ ਪਹੁੰਚੀਆਂ ਹੋਈਆਂ ਸੀ ਤੇ ਜਦੋਂ ਨੱਚਦੇ ਨੱਚਦੇ ਲੜਕੀ ਦੇ ਨਾਲ ਇੱਕ ਮੁੰਡੇ ਦਾ ਮੋਢਾ ਟੱਚ ਹੋ ਗਿਆ ਤਾਂ ਉਸ ਤੋਂ ਬਾਅਦ ਦੋਵੇਂ ਹੀ ਧਿਰਾਂ ਇੱਕ ਦੂਜੇ ਨੂੰ ਅੱਖਾਂ ਕੱਢਣ ਲੱਗ ਗਈਆਂ। ਹਾਲਾਂਕਿ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਪਹਿਲਾਂ ਤਾਂ ਇੱਕ ਦੂਜੇ ਦੇ ਨਾਲ ਥੱਪੜ ਮੁੱਕੀ ਚੱਲੀ ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਦੋਵੇਂ ਹੀ ਧਿਰਾਂ ਨੇ ਬੋਤਲਾਂ ਚੱਕ ਲਈਆਂ ਅਤੇ ਨਾਈਟ ਕਲੱਬ ਦੇ ਵਿੱਚ ਹੀ ਜੰਗ ਦਾ ਮੈਦਾਨ ਬਣਾ ਦਿੱਤਾ। ਇੱਕ ਦੂਜੇ ਦੇ ਉੱਤੇ ਬੋਤਲਾਂ ਬਰਸਾਈਆਂ ਤੇ ਇਸ ਦੌਰਾਨ ਇੱਕ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧਿਰਾਂ ਆਪਸ ਦੇ ਵਿੱਚ ਲੜਦੀਆਂ ਨਜ਼ਰ ਆ ਰਹੀਆਂ ਨੇ ਤੇ ਜੋ ਨਾਈਟ ਕਲੱਬ ਹੈ ਉਸ ਦੇ ਅੰਦਰ ਦੇ ਹਾਲਾਤਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਿਰ ਕਿੰਨੇ ਭਿਆਨਕ ਤਰੀਕੇ ਦੇ ਨਾਲ ਦੋਵੇਂ ਧਿਰਾਂ ਭਿੜੀਆਂ ਨੇ। ਫਿਲਹਾਲ ਹੁਣ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨੱਚਦੇ ਨੱਚਦੇ ਕੁੜੀ ਦੇ ਨਾਲ ਮੋਢਾ ਟੱਚ ਹੋਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਸਾਰਾ ਵਿਵਾਦ ਪੱਕ ਗਿਆ।